ਤੇ ਕੇਂਦਰ ਸਰਕਾਰ ਕਹਿ ਰਹੀ ਹੈ ਟਰੈਕ ਖਾਲੀ ਕਰੋ ਅਸੀਂ ਟ੍ਰੇਨਾਂ ਚਲਾ ਦਾਂਗੇ। ਯਾਨੀ ਕਿ ਸਿੱਧੇ ਰੂਪ ਦੇ ਵਿੱਚ ਉਹ ਕਹਿ ਰਹੇ ਨੇ ਕਿ ਯਾਤਰੀ ਰੇਲ ਗੱਡੀਆਂ ਨੇ ਜਿਹੜੀਆਂ ਉਹ ਜਿੰਨਾ ਚਿਰ ਤੁਸੀਂ ਚਲਾਉਣ ਦੀ ਇਜਾਜ਼ਤ ਨਹੀਂ ਦਿਓਗੇ ਉਹਨਾਂ ਚਿਰ ਅਸੀਂ ਮਾਲ ਗੱਡੀਆਂ ਵੀ ਨਹੀਂ ਚਲਾਵਾਂਗੇ। ਪਿਊਸ਼ ਗੋਇਲ ਨੇ ਇਹ ਵੀ ਕਿਹਾ ਕਿ ਜਿਹੜੇ ਰੇਲਵੇ ਦੇ ਕਰਮਚਾਰੀ ਨੇ, ਰੇਲ ਗੱਡੀਆਂ ਨੇ ਤੇ ਰੇਲਵੇ ਟਰੈਕ ਨੇ, ਉਹਨਾਂ ਤੇ ਤੁਸੀਂ ਸੁਰੱਖਿਆ ਦਿਓ। ਜਿਹੜੇ ਰੇਲਵੇ ਦੇ ਸੁਰੱਖਿਆ ਗਾਰਡ ਨੇ ਉਹਨਾਂ ਦੀ ਵੀ ਸੁਰੱਖਿਆ ਦਿਓ। ਉਸ ਤੋਂ ਬਾਅਦ ਫਿਰ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੜੇ ਸੁਨੀਲ ਜਾਖੜ ਨੇ, ਉਹਨਾਂ ਨੇ ਬੜਾ ਠੋਕ ਕੇ ਜਵਾਬ ਦਿੱਤਾ ਹੈ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ। ਸਾਡੇ ਕੋਲ ਸੁਰੱਖਿਆ ਦੇ ਸਾਰੇ ਪ੍ਰਬੰਧ ਨੇ, ਹੁਣ ਤੱਕ ਤੁਸੀਂ ਇੱਕ ਵੀ ਕੇਸ ਦਿਖਾ ਦਿਓ ਕਿ ਕਿਸੇ ਰੇਲ ਗੱਡੀ ਦੀ ਸੁਰੱਖਿਆ ਦੇ ਵਿੱਚ ਕੋਈ ਦਿੱਕਤ ਆਈ ਹੋਵੇ, ਸਾਡੇ ਰੇਲਵੇ ਦੇ ਕਰਮਚਾਰੀ ਉਹ ਸੁਰੱਖਿਅਤ ਨੇ, ਸਾਡੇ ਕੋਲ ਸੁਰੱਖਿਆ ਦਾ ਪੂਰਾ ਪ੍ਰਬੰਧ ਹੈ, ਅਸੀਂ ਦਿੱਤੀ ਵੀ ਹੈ, ਅਸੀਂ ਦੇ ਵੀ ਰਹੇ ਹਾਂ। ਤੇ ਜਾਖੜ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ, ਕਹਿੰਦੇ ਤੁਸੀਂ ਸਾਡੇ ਨਾਲ ਮਤਰੇਆ ਵਿਹਾਰ ਕਿਉਂ ਕਰ ਰਹੇ ਹੋ ਪੰਜਾਬ ਦੇ ਨਾਲ? ਤੁਸੀਂ ਤਾਂ ਚੀਨ ਵਾਲੀ ਗੱਲ ਕਰ ਰਹੇ ਹੋ, ਚੀਨ ਨੇ ਸਾਡੇ ਫੌਜੀ ਸ਼ਹੀਦ ਕੀਤੇ, ਤੁਸੀਂ ਟਿਕਟੋਕ ਬੰਦ ਕਰਤਾ, ਹੋਰ ਐਪਸ ਬੰਦ ਕਰਤੀਆਂ, ਤੇ ਹੁਣ ਜੇ ਕਿਸਾਨ ਤੁਹਾਡੇ ਬਣਾਏ ਕਾਨੂੰਨ ਦਾ ਵਿਰੋਧ ਕਰ ਰਹੇ ਨੇ ਤੇ ਤੁਸੀਂ ਬਦਲਾਖੋਰੀ ਤੇ ਉੱਤਰ ਆਏ ਹੋ, ਜੇ ਤੁਸੀਂ ਕਾਨੂੰਨ ਬਣਾਏ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਤਾਂ ਤੁਸੀਂ ਉਹਨਾਂ ਨਾਲ ਨਜਿੱਠਣ ਦੇ ਲਈ ਵੀ ਜ਼ਿੰਮੇਵਾਰ ਹੋਣੇ ਚਾਹੀਦੇ ਹੋ, ਤੁਸੀਂ ਕੇਂਦਰ ਸਰਕਾਰ ਹੋ। ਜਿਹੜਾ ਪੰਜਾਬ ਅਤੇ ਹਰਿਆਣਾ ਦੇ ਵਿੱਚ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ ਉਹ ਸਿਰਫ ਦੋਨਾਂ ਸੂਬਿਆਂ ਤੇ ਹੀ ਕੇਂਦਰਿਤ ਨਹੀਂ ਰਹੇਗਾ, ਉਸਨੂੰ ਦੇਸ਼ ਵਿਆਪੀ ਬਣਾਇਆ ਜਾਏਗਾ। ਕੇਂਦਰ ਸਰਕਾਰ ਨੇ ਜਿਹੜੇ 3 ਕਾਲੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਨੂੰ ਰੱਦ ਕਰਵਾਉਣ ਦੇ ਲਈ ਹੁਣ ਇਹ ਅੰਦੋਲਨ ਹੈ ਜਿਹੜਾ ਵੱਡੇ ਪੱਧਰ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਸ਼ੁਰੂ ਹੋਏਗਾ। ਸਭ ਤੋਂ ਪਹਿਲੀ ਗੱਲ ਇਹ ਕੀਤੀ ਹੈ। ਦੂਸਰਾ, ਜਿਹੜਾ 5 ਨਵੰਬਰ ਨੂੰ ਪੂਰੇ ਭਾਰਤ ਦੇ ਵਿੱਚ 4 ਘੰਟੇ ਲਈ ਚੱਕਾ ਜਾਮ ਕੀਤਾ ਜਾਏਗਾ, ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ। ਤੀਸਰੀ ਜਿਹੜੀ ਗੱਲ ਹੈ, 27 ਤੇ 28 ਨਵੰਬਰ ਨੂੰ ਦਿੱਲੀ ਚੱਲੋ ਦਾ ਸੱਦਾ ਦਿੱਤਾ ਗਿਆ, ਯਾਨੀ ਕਿ ਦਿੱਲੀ ਦੇ ਵਿੱਚ ਕਿਸਾਨਾਂ ਦਾ ਵੱਡਾ ਇਕੱਠ 2 ਦਿਨ ਕੀਤਾ ਜਾਏਗਾ। ਇਸ ਦੌਰਾਨ ਮਤਾ ਵੀ ਪਾਸ ਕੀਤਾ ਗਿਆ ਹੈ ਕੇਂਦਰ ਦੇ ਜਿਹੜੇ ਖੇਤੀ ਕਾਨੂੰਨ ਨੇ ਅਤੇ ਜਿਹੜਾ ਪੰਜਾਬ ਦੇ ਨਾਲ ਰਵੱਈਆ ਅਖਤਿਆਰ ਕੀਤਾ ਗਿਆ ਹੈ ਕਿ ਮਾਲ ਗੱਡੀਆਂ ਰੋਕ ਦਿੱਤੀਆਂ ਨੇ ਕੇਂਦਰ ਸਰਕਾਰ ਨੇ, ਉਹਦੇ ਖਿਲਾਫ ਮਤਾ ਜਿਹੜਾ ਉਹ ਪਾਸ ਕੀਤਾ ਗਿਆ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ। ਫੈਸਲੇ ਦੇ ਨਾਲ ਕਿਸਾਨੀ ਸੰਘਰਸ਼ ਹੈ ਜਿਹੜਾ ਹੋਰ ਤਿੱਖਾ ਕੀਤਾ ਜਾਏਗਾ, ਕਿਸਾਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਦਾ ਅੰਦੋਲਨ ਖਤਮ ਕਰਨ ਦੀ ਕੋਸ਼ਿਸ਼ ਹੈ। ਜਦੋਂ ਕੇਂਦਰ ਸਰਕਾਰ ਨੇ ਜ਼ੁਬਾਨੀ ਹੁਕਮ ਰੇਲਵੇ ਨੂੰ ਦਿੱਤੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਮਾਲ ਗੱਡੀਆਂ ਨੇ ਉਹਨਾਂ ਨੂੰ ਪੂਰੇ ਤੌਰ ਤੇ ਰੋਕ ਦਿੱਤਾ ਜਾਏ, ਉਸ ਤੋਂ ਬਾਅਦ ਕਿਸਾਨ ਰੋਹ ਦੇ ਵਿੱਚ ਆਏ, ਕਿਸਾਨਾਂ ਨੇ ਤਿੱਖੀ ਜਿਹੜੀ ਪ੍ਰਤੀਕਿਰਿਆ ਦਿੱਤੀ ਔਰ ਸਖਤ ਨਿਖੇਧੀ ਕੀਤੀ ਕੇਂਦਰ ਦੇ ਫੈਸਲੇ ਦੀ। ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਸੋ ਪੰਜਾਬ ਦਾ ਰੁੱਖ ਕਰ ਲੈਂਦੇ ਹਾਂ, ਦੇਖਦੇ ਹਾਂ ਕਿ ਉੱਥੇ ਕੀ ਕੁਝ ਚੱਲ ਰਿਹਾ ਹੈ। ਖਾਸ ਕਰਕੇ ਇਹ ਤਾਂ ਹੈ ਹੀ ਹੈ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨਾਂ ਦੀ ਮੀਟਿੰਗ ਜਿਹੜੀ ਹੈ ਉਹ ਹੋ ਚੁੱਕੀ ਹੈ। ਕਿਸਾਨਾਂ ਨੇ ਅਗਲੀ ਰਣਨੀਤੀ ਜਿਹੜੀ ਹੈ ਉਹ ਕੀ ਅਪਣਾਈ ਹੈ, ਇਸ ਦੇ ਲਈ ਸਾਡੇ ਨਾਲ ਹਰਸ਼ਰਨ ਕੌਰ ਜੁੜ ਚੁੱਕੇ ਨੇ ਚੰਡੀਗੜ੍ਹ ਤੋਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਰਸ਼ਰਨ ਜੀ, ਸਵਾਗਤ ਹੈ ਜੀ। ਜੀ ਬਹੁਤ ਬਹੁਤ ਧੰਨਵਾਦ ਸ਼ੈਰੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਸ਼ਰਨ। ਹਰਸ਼ਰਨ, ਕਿਸਾਨਾਂ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਸੀਗੀ, ਕੀ ਉਹ ਮੀਟਿੰਗ ਹੋ ਚੁੱਕੀ ਹੈ, ਕੀ ਰਣਨੀਤੀ ਕਿਸਾਨਾਂ ਨੇ ਹੁਣ ਅਗਲੀ ਬਣਾਈ ਹੈ? ਜੀ ਬਿਲਕੁਲ ਸ਼ੈਰੀ, ਬੜੀ ਅਹਿਮ ਮੀਟਿੰਗ ਸੀ, ਕੱਲ੍ਹ ਸ਼ੁਰੂ ਹੋਈ ਸੀ ਮੀਟਿੰਗ ਤੇ ਅੱਜ ਇਹਦੀ ਸਮਾਪਤੀ ਹੋਈ ਹੈ। ਉਸ ਤੋਂ ਬਾਅਦ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਤਾਂ ਨਹੀਂ ਕੀਤੀ, ਪਰ ਸਾਂਝੇ ਤੌਰ ਤੇ ਇੱਕ ਬਿਆਨ ਹੈ ਜਿਹੜਾ ਉਹ ਜਾਰੀ ਕੀਤਾ ਹੈ ਪ੍ਰੈਸ ਦੇ ਵਿੱਚ। ਉਸ ਦੇ ਮੁਤਾਬਿਕ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਹੁਣ ਜਿਹੜਾ ਪੰਜਾਬ ਅਤੇ ਹਰਿਆਣਾ ਦੇ ਵਿੱਚ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ ਉਹ ਸਿਰਫ ਦੋਨਾਂ ਸੂਬਿਆਂ ਤੇ ਹੀ ਕੇਂਦਰਿਤ ਨਹੀਂ ਰਹੇਗਾ, ਉਸਨੂੰ ਦੇਸ਼ ਵਿਆਪੀ ਬਣਾਇਆ ਜਾਏਗਾ। ਕੇਂਦਰ ਸਰਕਾਰ ਨੇ ਜਿਹੜੇ 3 ਕਾਲੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਨੂੰ ਰੱਦ ਕਰਵਾਉਣ ਦੇ ਲਈ ਹੁਣ ਇਹ ਅੰਦੋਲਨ ਹੈ ਜਿਹੜਾ ਵੱਡੇ ਪੱਧਰ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਸ਼ੁਰੂ ਹੋਏਗਾ। ਸਭ ਤੋਂ ਪਹਿਲੀ ਗੱਲ ਇਹ ਕੀਤੀ ਹੈ। ਦੂਸਰਾ, ਜਿਹੜਾ 5 ਨਵੰਬਰ ਨੂੰ ਪੂਰੇ ਭਾਰਤ ਦੇ ਵਿੱਚ 4 ਘੰਟੇ ਲਈ ਚੱਕਾ ਜਾਮ ਕੀਤਾ ਜਾਏਗਾ, ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ। ਤੀਸਰੀ ਜਿਹੜੀ ਗੱਲ ਹੈ, 27 ਤੇ 28 ਨਵੰਬਰ ਨੂੰ ਦਿੱਲੀ ਚੱਲੋ ਦਾ ਸੱਦਾ ਦਿੱਤਾ ਗਿਆ, ਯਾਨੀ ਕਿ ਦਿੱਲੀ ਦੇ ਵਿੱਚ ਕਿਸਾਨਾਂ ਦਾ ਵੱਡਾ ਇਕੱਠ 2 ਦਿਨ ਕੀਤਾ ਜਾਏਗਾ। ਇਸ ਦੇ ਵਿੱਚ ਸਾਰੇ ਲੋਕਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਸੋ ਇਸ ਦੇ ਨਾਲ ਹੀ ਜਿਹੜੀ ਇਹ ਸ਼ਹਿਰੀ ਮੀਟਿੰਗ ਹੋਈ ਹੈ, ਇਹ ਇੱਕ ਇਤਿਹਾਸਿਕ ਮੀਟਿੰਗ ਕਿਸਾਨ ਜਥੇਬੰਦੀਆਂ ਦੀ ਕਹੀ ਜਾ ਸਕਦੀ ਹੈ, ਕਿਉਂਕਿ ਇਹਦੇ ਵਿੱਚ ਪੂਰੇ ਦੇਸ਼ ਦੇ 20 ਸੂਬਿਆਂ ਤੋਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਦੇ ਲੀਡਰ ਨੇ ਜਿਹੜੇ ਉਹ ਸ਼ਾਮਿਲ ਹੋਏ ਨੇ। ਇਸ ਦੌਰਾਨ ਮਤਾ ਵੀ ਪਾਸ ਕੀਤਾ ਗਿਆ ਹੈ ਕੇਂਦਰ ਦੇ ਜਿਹੜੇ ਖੇਤੀ ਕਾਨੂੰਨ ਨੇ ਅਤੇ ਜਿਹੜਾ ਪੰਜਾਬ ਦੇ ਨਾਲ ਰਵੱਈਆ ਅਖਤਿਆਰ ਕੀਤਾ ਗਿਆ ਹੈ ਕਿ ਮਾਲ ਗੱਡੀਆਂ ਰੋਕ ਦਿੱਤੀਆਂ ਨੇ ਕੇਂਦਰ ਸਰਕਾਰ ਨੇ, ਉਹਦੇ ਖਿਲਾਫ ਮਤਾ ਜਿਹੜਾ ਉਹ ਪਾਸ ਕੀਤਾ ਗਿਆ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ। ਉਹਨਾਂ ਨੇ ਕਿਹਾ ਹੈ ਕਿ ਬੁਖਲਾਹਟ ਦੇ ਵਿੱਚ ਮੋਦੀ ਸਰਕਾਰ ਨੇ ਇਹ ਮਤਾ ਇਹ ਫੈਸਲਾ ਜਿਹੜਾ ਲਿਆ ਹੈਗਾ ਜਿਹੜਾ ਮਾਲ ਗੱਡੀਆਂ ਰੋਕਣ ਦਾ ਪੰਜਾਬ ਨੂੰ, ਤੇ ਬਿਨਾਂ ਕਿਸੇ ਵਾਜ ਕਾਰਨ ਤੋਂ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਅੰਦੋਲਨ ਨੂੰ ਲੀਹ ਤੋਂ ਲਾਉਣਾ ਚਾਹੁੰਦੀ ਹੈ, ਇਹ ਮਤੇ ਦੇ ਵਿੱਚ ਕਿਹਾ ਗਿਆ। ਕਹਿੰਦੇ ਇਸ ਫੈਸਲੇ ਦੇ ਨਾਲ ਕਿਸਾਨੀ ਸੰਘਰਸ਼ ਹੈ ਜਿਹੜਾ ਹੋਰ ਤਿੱਖਾ ਕੀਤਾ ਜਾਏਗਾ।
वर्किंग ग्रुप है जिहड़ा किसानां दा, उहनां ने किसान धिरां नूं अपील की है कि वह केंद्र के मनसूबे ने जिहड़े उहनां नूं सफल ना होण देण अते किसी भी भड़काहट दे विच ना आउण। इस दे नाल ही जिहड़ी 5 मैंबरी कमेटी है वह भी सांझी कमेटी किसान जथेबंदियां दे वल्लों बनाई गई है। इहदे विच VM सिंह, बलवीर सिंह राजेवाल, गुरनाम सिंह, राजू शैटी ते योगिंदर यादव इन्हां नूं शामिल किया गया। सो किसानां ने कहा है कि यह ब्लैकमेल किया जा रहा है केंद्र सरकार दे वल्लों, किसानां नूं ब्लैकमेल करके उन्हां दा अंदोलन खत्म करन दी कोशिश है। सो जिहड़ी ये मीटिंग होई है, एकदम मीटिंग होई किसानां दी जदों केंद्र सरकार ने जुबानी हुक्म रेलवे नूं दिते कि पंजाब दे विच जिहड़ियां माल गड्डियां ने उन्हां नूं पूरे तौर पर रोक दिता जाए। उस तों बाद किसान रोह दे विच आए, किसानां ने तिखी जिहड़ी प्रतिक्रिया दित्ती और सख्त निखेधी कीती केंद्र दे फैसले दी। सो उधर जिहड़ा इसे मसले दे उत्ते जे आपां पंजाब दे सियासतदानां दी गल कर लईए तां पूरा इस मसले नूं लै के हुण पंजाब दी सियासत वी काफ़ी गर्म है, पर इह सारे एक दूजे दे उत्ते कोई दूषण नहीं ला रहे। इह सारियां जिहड़ियां सियासी पार्टियां ने पंजाब दीआं उह हुण केंद्र नूं लपेटे दे विच लै रहियां ने। मुख्यमंत्री कैप्टन अमरिंदर सिंह ने कल ही जिहड़ा केंद्रीय रेलवे मंत्री पीयूष गोयल नूं अपील कीती सी कि तुसीं इस मसले दे विच निजी दखल दिओ। उन्होंने कहा कि जे तुसीं इह फैसला लै लिया तो इहदे नाल जिहड़े किसान अंदोलनकारी हैगे ने उह होर भड़क सकदे ने, इहदे नाल पंजाब दा माहौल खराब हो सकदा है। उस तों बाद अज पीयूष गोयल ने जवाब भी दिता हैगा, उह कहिंदे कि तुसीं ट्रैक खाली कर दिओ असीं रेलां चला देंगे। तो ट्रैक तो खाली ने शहरी, तुहानूं भी पता होना कि 22 अक्तूबर तो किसानां ने ट्रैक खाली कर दिते ने कि रेल जिहड़ियां रेल लाइनां तो हुण माल गड्डियां लंघ सकदियां ने, ते केंद्र सरकार कह रही है ट्रैक खाली करो असीं ट्रेनां चला देंगे। यानी कि सीधे रूप दे विचों कह रहे हैं कि यात्री रेल गड्डिया ने जिहड़ियां उह जिन्ना चिर तुसीं चलाउण दी इजाजत नहीं दिओगे उन्हां चिर असीं माल गड्डियां भी नहीं चलावांगे। पीयूष गोयल ने यह भी कहा कि जिहड़े रेलवे दे कर्मचारी ने, रेल गड्डिया ने ते रेलवे ट्रैक ने उन्हां ते तुसीं सुरक्षा दिओ, जिहड़े रेलवे दे सुरक्षा गार्ड ने उन्हां दी भी सुरक्षा दिओ, फिर यह जिहड़ी माल आवाजाई है, माल रेल गड्डिया की आवाजाई वह शुरू की जा सकती है। उस तो बाद फिर पंजाब कांग्रेस के प्रधान जिहड़े सुनील जाखड़ ने उन्होंने बड़ा ठोक के जवाब दिता है केंद्रीय मंत्री पीयूष गोयल नूं। वह कहिंदे वी साढ़े कोल सुरक्षा के सारे प्रबंध ने, हुण तक तुसीं एक भी केस दिखा दो कि किसी रेल गड्डी की सुरक्षा दे विच कोई दिक्कत आई होवे, साढ़े रेलवे के कर्मचारी वह सुरक्षित ने, साढ़े कोल सुरक्षा का पूरा प्रबंध है, असीं दित्ती भी है, असीं दे भी रहे हैं, पर पंजाब की सुरक्षा कौन करूगा। सुनील जाखड़ ने कहा, कहिंदे कल नूं तां तुसीं इह कह दोगे कि पंजाब की मक्की की रोटी ते सरों का साग है जिहड़ा उह पंजाब तों बाहर नहीं किते जा सकता। ते जाखड़ ने स्पष्ट शब्दां दे विच कहा, कहिंदे तुसीं साडे नाल मतरेया विहार क्यों कर रहे हो, पंजाब दे नाल तुसीं तां चीन वाली गल कर रहे हो, चीन ने साडे फौजी शहीद किते, तुसीं टिकटॉक बंद करता, होर ऐप्स बंद करतियां, ते हुण जे किसान थोड़े बनाए कानून का विरोध कर रहे ने ते तुसीं बदलाखोरी ते उतर आए हो, जे तुसीं कानून बनाए ने उहनां दा विरोध हो रहा है तां तुसीं उहनां नाल नजिठण दे लई वी जिम्मेवार होणे चाहीदे हो। तुसीं केंद्र सरकार हो, केंद्र सरकारां जिगरे नाल चलदियां ने, इस तरीके नाल बदलाखोरी थोड़ी ना लई जा सकदी है। सो बड़ी ही उन्होंने जिहड़ा तिखा जवाब है केंद्र नूं भेजिया हैगा, पर रेलवे ने 29 अक्तूबर तक जिहड़ियां माल रेल गड्डियां ने उन्हां ते फिलहाल दे लई रोक लाई हुई है। रेलवे ने आपदे उत्ते लिया इह कि इह रेलवे दे वल्लों कीता गया फैसला है, पर हकीकत इह है शहरी जिहड़ी सूत्र दसदे ने केंद्र सरकार ने हुक्म जुबानी जारी किए ने, ता ही फिर रेलवे पाबंद होया ना यह फैसला लैण वास्ते। रेलवे ने आपदे जिहड़े तर्क दिते ने कि रेल गड्डियां दी मेंटेनेंस दी लोड़ हुंदी है, वह संभव नहीं हो पा रही सी, पर रेलवे ट्रैक जदों खाली ने फिर किसी भी चीज़ की दिक्कत किवें आ सकती है। सो ये सारा कुछ हुण जिवें किसान कहिंदे ने कि सिद्धी लड़ाई है जिहड़ी, उहदा ऐलान तुसीं कर दित्ता है केंद्र सरकार ने पंजाब दे नाल। 5 तरीक तों जिहड़ा चक्का जाम अंदोलन भी शुरू हो रहा है। बिल्कुल शहरी, 5 तरीक नूं किसानां ने ऐलान कीता हैगा, अज जिहड़ा अहम सब तों वड्डा ऐलान इही है कि 5 नवंबर आही 5-7 दिन रह गए, 7-8 दिनां दे बाद 5 नवंबर नूं 4 घंटे दे लई पूरे देश दे विच चक्का जाम होएगा। ते इह नहीं हैगा कि किसानां दे चक्का जाम दे सद्दे नूं कोई रिस्पोंस नहीं मिलेगा, क्योंकि किसानां दे नाल हर वर्ग अज खड़ा हैगा। पूरे मुल्क दे विच काफ़ी वड्डा हुंगारा मिलण की आस है, पंजाब दे विच्चों, हरियाणा दे विच्चों जाहिर तौर पर यह हुंगारा मिलेगा। पंजाब दे विच किसान पीसफुल प्रोटेस्ट कर रहे हैं, पुलिस है जिहड़ी वह भी पंगा नहीं लै रही किसानां दे नाल, क्योंकि किसान सिर्फ रोस धरने दे रहे ने, वह अपनी जिहड़ी अपने विरोध का प्रगटावा कर रहे ने। असल दे विच कोई भी जदों विरोध प्रदर्शन हुंदा है किसी भी वर्ग दे वल्लों शांतमई ही हुंदा है, नारे लाउणा उहनां दा संविधानिक हक है, विरोध करना उन्हां दा संविधानिक हक है, पर जदों सरकारां चाहुण
ਜੇ ਇੱਥੇ ਵੀ ਬੀਜੇਪੀ ਸਰਕਾਰ ਦਾ ਰਾਜ ਹੁੰਦਾ ਤਾਂ ਕਿਸਾਨਾਂ ਨੂੰ ਅੱਜ ਤੱਕ ਬਹੁਤ ਜ਼ਿਆਦਾ ਮਾਹੌਲ ਖਰਾਬ ਕਰ ਦੇਣਾ ਸੀ ਜਦੋਂ ਧਰਨੇ ਲਾਉਣੇ ਸੀ ਉਹਨਾਂ ਨੇ ਤੇ ਸਰਕਾਰ ਨੇ ਪੁਲਿਸ ਦੇ ਰਾਹੀਂ ਧੱਕੇਸ਼ਾਹੀ ਕਰਵਾਉਣੀ ਸੀ ਜਬਰ ਜ਼ੁਲਮ ਜਿਹੜਾ ਹੋਣਾ ਸੀ ਬਹੁਤ ਲੋਕਾਂ ਦੀ ਮੌਤ ਵੀ ਹੋ ਜਾਣੀ ਸੀ ਇਹੋ ਜਿਹਾ ਮਾਹੌਲ ਹੋ ਸਕਦਾ ਸੀ ਪਰ ਜਦੋਂ ਹੁਣ ਕਾਂਗਰਸ ਦੀ ਜਿਹੜੀ ਕੈਪਟਨ ਸਰਕਾਰ ਹੈ ਉਹ ਵੀ ਨਾਲ ਹੈ ਕਿਸਾਨਾਂ ਦੀ ਇਸ ਮੰਗ ਦੇ ਵਿੱਚ ਤਾਂ ਚਾਹੇ ਫਸੀ ਹੋਈ ਨਾਲ ਹੈ ਚਾਹੇ ਕਹਿ ਲਈਏ ਕਿ ਅੰਦਰੋਂ ਨਾਲ ਹੈ ਪਰ ਹੁਣ ਇੱਥੇ ਕੋਈ ਟਕਰਾਅ ਵਾਲੀ ਕੋਈ ਗੱਲ ਨਹੀਂ ਹੈਗੀ ਸੋ ਇਹਨੂੰ ਕਾਫੀ ਰਿਸਪੌਂਸ ਮਿਲਣ ਦੀ ਆਸ ਹੈਗੀ ਹੈ ਬਾਕੀ ਜਿਹੜੇ ਕਈ ਸੂਬੇ ਨੇ ਜਿਨ੍ਹਾਂ ਦੇ ਵਿੱਚ ਪਹਿਲਾਂ ਤੋਂ ਹੀ ਇਹ ਜਿਹੜੇ ਇਹੋ ਜਿਹੇ ਕਾਲੇ ਕਾਨੂੰਨ ਲਾਗੂ ਹੋ ਚੁੱਕੇ ਨੇ ਉੱਥੋਂ ਦੇ ਕਿਸਾਨ ਬਹੁਤ ਹੀ ਦਬੇ ਹੋਏ ਨੇ ਉਹ ਕਿੰਨਾ ਕੁ ਰਿਸਪੌਂਸ ਦੇਣਗੇ ਵੀ ਦੇਖਣ ਵਾਲੀ ਗੱਲ ਰਹੇਗੀ ਪਰ 5 ਨਵੰਬਰ ਦਾ 4 ਘੰਟੇ ਲਈ ਹੈ ਇਹਦਾ ਕੋਈ ਸਮਾਂ ਵੀ ਤੈਅ ਕੀਤਾ ਗਿਆ ਕਿੰਨੇ ਤੋਂ ਕਿੰਨੇ ਵਜੇ ਤੱਕ ਔਰ ਕਿਸ ਤਰੀਕੇ ਨਾਲ ਇਹ ਸਾਰਾ ਹੋਏਗਾ ਬਿਲਕੁਲ ਸ਼ਹਿਰੀ ਇਹ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ 4 ਘੰਟੇ ਦਾ ਚੱਕਾ ਜਾਮ ਹੈ ਪ੍ਰੋਪਰ ਟਾਈਮ ਹੈ ਜਿਹੜਾ ਉਹ ਫਿਕਸ ਕੀਤਾ ਗਿਆ ਤੇ ਹੁਣ ਕਿਸਾਨਾਂ ਨੇ ਅੱਗੇ ਦੀ ਰਣਨੀਤੀ ਹੈ ਜਿਹੜੀ ਉਹ ਬਣਾਉਣੀ ਹੈ ਇਹ ਰਹਿੰਦੇ ਜਿਹੜੇ 5-7 ਦਿਨ ਨੇ ਉਹ ਦੇਸ਼ ਦੇ ਲੋਕਾਂ ਨੂੰ ਅਪੀਲ ਕਰਨਗੇ ਕਿ ਪੂਰੇ ਦੇਸ਼ ਦੇ ਲੋਕ ਇਸ ਚੱਕਾ ਜਾਮ ਦੇ ਵਿੱਚ ਸਾਥ ਦੇਣ ਕੋਈ ਵੀ ਸੂਬਾ ਜਿਹੜਾ ਉਹ ਇਸ ਅਪੀਲ ਨੂੰ ਠੁਕਰਾਵੇ ਨਾ ਤੇ ਆਸ ਵੀ ਹੈਗੀ ਹੈ ਕਿਸਾਨਾਂ ਨੂੰ ਆਸ ਵੀ ਕਿਉਂਕਿ ਕਿਸਾਨਾਂ ਦਾ ਮੁੱਦਾ ਕੌਮੀ ਮੀਡੀਆ ਠੀਕ ਹੈ ਇਗਨੋਰ ਕਰ ਰਿਹਾ ਇਸ ਮੁੱਦੇ ਨੂੰ ਪਰ ਸੋਸ਼ਲ ਮੀਡੀਆ ਅੱਜ ਇੰਨਾ ਪਾਵਰਫੁਲ ਹੈਗਾ ਕਿ ਕਿਸਾਨੀ ਦੇ ਨਾਲ ਰਾਬਤਾ ਰੱਖਣ ਵਾਲੇ ਕਿਸਾਨ ਤਾਂ ਜਾਣਦੇ ਹੀ ਨੇ ਇਸ ਮੁੱਦੇ ਤੋਂ ਜਾਣੂ ਹੈਗੇ ਨੇ ਕਿਸਾਨਾਂ ਨੂੰ ਪਤਾ ਉਹਨਾਂ ਦੇ ਲਈ ਕਾਨੂੰਨ ਇਹ ਪਾਸ ਹੋਇਆ ਪਰ ਜਿੱਥੇ ਬੁੱਧੀਜੀਵੀ ਪ੍ਰੋਫੈਸਰ ਯੂਨੀਵਰਸਿਟੀਆਂ ਦੇ ਵਿਦਿਆਰਥੀ ਉਹ ਸਾਰੇ ਵੀ ਇਸ ਮੁੱਦੇ ਬਾਰੇ ਜਾਗਰੂਕ ਹੈਗੇ ਨੇ ਕੌਮੀ ਮੀਡੀਆ ਜਿਹੜਾ ਹੈਗਾ ਮੇਨ ਸਟ੍ਰੀਮ ਮੀਡੀਆ ਉਹ ਦਿਖਾਵੇ ਨਾ ਦਿਖਾਵੇ ਇਸ ਖਬਰ ਨੂੰ ਪਰ ਲੋਕਾਂ ਤੱਕ ਇਹ ਖਬਰ ਹੈ ਜਿਹੜੀ ਉਹ ਪਹੁੰਚੀ ਹੋਈ ਹੈ ਜੀ ਕਿਉਂਕਿ ਅੱਜ ਕੱਲ ਤਾਂ ਸੋਸ਼ਲ ਮੀਡੀਆ ਬਹੁਤ ਐਕਟਿਵ ਹੈ ਹਰਸ਼ਰਨ ਅੱਜ ਕੱਲ ਟੀਵੀ ਚੈਨਲ ਜਾਂ ਅਖਬਾਰ ਦੀ ਸੁਰਖੀ ਕੋਈ ਖਬਰ ਬਣੇ ਨਾ ਬਣੇ ਪਰ ਸੋਸ਼ਲ ਮੀਡੀਆ ਦੇ ਉੱਤੇ ਵੈਸੇ ਹੀ ਹਰ ਖਬਰ ਜਿਹੜੀ ਹੈ ਉਹ ਨਸ਼ਰ ਹੋ ਜਾਂਦੀ ਉਹ ਸਾਹਮਣੇ ਆ ਜਾਂਦੀ ਹੈ ਹਾਂ ਬਿਲਕੁਲ ਸ਼ਹਿਰੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਅੱਜ ਕੱਲ ਕਿਸਾਨ ਜਥੇਬੰਦੀਆਂ ਦੇ ਆਪਣੇ ਵੀ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਹੈਗੇ ਨੇ ਉਹਨਾਂ ਤੇ ਉਹ ਹਰ ਅਪਡੇਟ ਪਾਉਂਦੇ ਨੇ ਜਿਵੇਂ ਹੁਣ ਅਸੀਂ ਜਿਹੜੇ ਚੈਨਲ ਦੇ ਵਿੱਚ ਮੈਂ ਕੰਮ ਕਰਦੀ ਹਾਂ ਉੱਥੇ ਰਿਸੋਰਸਸ ਬੜੇ ਘੱਟ ਹੈਗੇ ਨੇ ਕਿ ਹਰ ਜਗ੍ਹਾ ਤੇ ਅਸੀਂ ਆਪਣਾ ਜਿਹੜਾ ਸਟ੍ਰਿੰਗਰ ਹੈ ਜਾਂ ਰਿਪੋਰਟਰ ਹੈ ਉਹ ਭੇਜ ਨਹੀਂ ਸਕਦੇ ਸਾਡੀ ਟੀਮ ਬੜੀ ਛੋਟੀ ਹੈ ਤਾਂ ਕਿਸਾਨਾਂ ਨੇ ਇਹ ਜਿਹੜਾ ਬੜਾ ਵਧੀਆ ਕੰਮ ਕੀਤਾ ਹੋਇਆ ਕਿ ਜਿਹੜੀ ਵੀ ਅਪਡੇਟ ਹੁੰਦੀ ਹੈ ਉਹ ਆਪਣੇ ਫੇਸਬੁੱਕ ਪੇਜ ਦੇ ਉੱਤੇ ਆਫੀਸ਼ੀਅਲੀ ਅਪਲੋਡ ਕਰਦੇ ਨੇ ਤਾਂ ਕਿ ਲੋਕਾਂ ਨੂੰ ਜਾਣਕਾਰੀ ਮਿਲਦੀ ਰਹੇ ਤੇ ਲੋਕ ਅੱਜ ਕੱਲ੍ਹ ਦੇਖਣਾ ਵੀ ਕਿਸਾਨਾਂ ਨੂੰ ਚਾਹੁੰਦੇ ਨੇ ਕਿਸਾਨੀ ਮੁੱਦੇ ਨੂੰ ਹੀ ਦੇਖਿਆ ਜਾ ਰਿਹਾ ਕਿ ਕੀ ਅਪਡੇਟ ਹੋਈ ਹੈ ਕਿੱਥੇ ਕੀ ਹੋ ਰਿਹਾ ਹੈ ਕਿਸਾਨ ਕੀ ਕਰ ਰਹੇ ਨੇ ਔਰ ਕਿਸਾਨ ਲੀਡਰ ਜਿਸ ਤਰੀਕੇ ਦੇ ਨਾਲ ਬਿਆਨ ਦਿੰਦੇ ਨੇ ਬੜੀ ਹੀ ਸੂਝ ਸਮਝ ਦੇ ਨਾਲ ਬੜੀ ਹੀ ਦੂਰ ਅੰਦੇਸ਼ੀ ਸੋਚ ਦੇ ਨਾਲ ਤੇ ਹਰ ਕੋਈ ਸੁਣ ਕੇ ਖੁਸ਼ ਵੀ ਹੋ ਜਾਂਦਾ ਕਿ ਜਿਹੜੀ ਗੱਲ ਸਾਡੇ ਦਿਲ ਦੇ ਵਿੱਚ ਹੈ ਉਹੀ ਕਿਸਾਨਾਂ ਨੇ ਕਹਿ ਦਿੱਤੀ ਹੈ ਬਹੁਤ ਹੀ ਤਰੀਕੇ ਦੇ ਨਾਲ ਬਹੁਤ ਹੀ ਸੋਚ ਸਮਝ ਕੇ ਕਿਸਾਨ ਚੱਲ ਰਹੇ ਨੇ ਤੇ ਉਸ ਤੋਂ ਬਾਅਦ ਜਿਹੜਾ 26-27 ਨਵੰਬਰ ਦਾ ਜਿਹੜਾ ਦਿੱਲੀ ਚੱਲੋ ਦਾ ਨਾਰਾ ਹੈ ਉਸ ਨੂੰ ਫਿਰ ਅੱਗੇ ਸਫਲ ਬਣਾਉਣ ਦੇ ਲਈ ਰਣਨੀਤੀ ਹੈ ਜਿਹੜੀ ਉਹ ਉਲੀਕੀ ਜਾਵੇਗੀ ਤੇ ਬਾਕੀ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਦਾ ਸੰਘਰਸ਼ ਤਾਂ ਚੱਲ ਹੀ ਰਿਹਾ ਟੋਲ ਪਲਾਜ਼ਾ ਨੂੰ ਘੇਰਿਆ ਹੋਇਆ ਕਿਸਾਨਾਂ ਨੇ ਰਿਲਾਇੰਸ ਦੇ ਜਿਹੜੇ ਮਾਲ ਹੈਗੇ ਨੇ ਉਹਨਾਂ ਨੂੰ ਘੇਰਿਆ ਹੋਇਆ ਤੇ ਕਈ ਥਾਈਂ ਤਾਂ ਰਿਲਾਇੰਸ ਦੇ ਜਿਹੜੇ ਮਾਲ ਨੇ ਮੈਂ ਉਸ ਦਿਨ ਗੱਲ ਕੀਤੀ ਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਇੱਥੇ 10 ਫੇਸ ਦੇ ਵਿੱਚ ਇੱਕ ਰਿਲਾਇੰਸ ਮਾਲ ਹੈਗਾ ਇੱਥੇ ਲੋਕ ਆਰਾਮ ਦੇ ਨਾਲ ਆ ਜਾ ਰਹੇ ਸੀ ਤੇ ਫਿਰ ਇੱਕ ਦਿਨ ਸਾਡੀ ਟੀਮ ਗਈ ਸੀ ਉੱਥੇ ਕਵਰੇਜ ਕਰਨ ਦੇ ਲਈ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਹੀ ਰਿਲਾਇੰਸ ਦਾ ਮਾਲ ਹੈ ਜਿਹੜਾ ਉਹ ਬੰਦ ਕਰ ਦਿੱਤਾ ਰਿਲਾਇੰਸ ਸਟੋਰ ਜਿੱਥੋਂ ਡੇਲੀ ਦੀਆਂ ਚੀਜ਼ਾਂ ਮਿਲਦੀਆਂ ਨੇ ਰੋਜ਼ਾਨਾ ਵਰਤੋਂ ਦੀਆਂ ਸੋ ਕਈ ਥਾਈ ਇਹੋ ਜਿਹਾ ਵੀ ਹੋ ਰਿਹਾ ਹੈ ਕਿ ਕਿਸਾਨਾਂ ਦੀ ਹਮਾਇਤ ਦੇ ਵਿੱਚ ਖੁਦ ਹੀ ਰਿਲਾਇੰਸ ਦੇ ਜਿਹੜੇ ਡੀਲਰ ਨੇ ਜਾਂ ਸਿੱਧੇ ਕੰਪਨੀ ਦੇ ਅੰਡਰ ਆਉਂਦੇ ਨੇ ਉਹ ਬੰਦ ਕਰ ਰਹੇ ਨੇ ਕਿ ਕਿਸੇ ਵੀ ਉਹ ਮਤਲਬ ਉਲਝਣ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਸੋ ਇਸ ਤਰ੍ਹਾਂ ਦਾ ਰਿਸਪੌਂਸ ਹੈ ਜਿਹੜਾ ਉਹ ਪੂਰੇ ਪੰਜਾਬ ਦੇ ਵਿੱਚ ਮਿਲ ਰਿਹਾ ਇੱਕ ਹੋਰ ਸ਼ਹਿਰ ਵੀ ਦੱਸਣਾ ਚਾਹਾਂਗੀ ਅਪਡੇਟ ਕਿ ਪੰਜਾਬ ਦੇ ਵਿੱਚ ਆਪਾਂ ਕੱਲ ਗੱਲ ਕੀਤੀ ਸੀ ਕਿ ਦੁਸਹਿਰੇ ਵਾਲੇ ਦਿਨ ਜਿਹੜਾ ਪੁਤਲੇ ਫੂਕੇ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਦੇ ਤੇ ਹੁਣ ਬੀਜੇਪੀ ਕਾਫੀ ਭੜਕੀ ਹੋਈ ਹੈ ਬੀਜੇਪੀ ਨੂੰ ਬੜੀਆਂ ਮਿਰਚਾਂ ਲੱਗ ਰਹੀਆਂ ਨੇ ਤੜਫ ਰਹੇ ਨੇ ਬੀਜੇਪੀ ਲੀਡਰ ਚਾਹੇ ਉਹ ਕੌਮੀ ਹੋਣ ਚਾਹੇ ਪੰਜਾਬ ਦੇ ਹੋਣ ਸੋ ਜੇਪੀ ਨੱਡਾ ਦੇ ਬਿਆਨ ਦੀ ਤਾਂ ਆਪਾਂ ਗੱਲ ਕੀਤੀ ਸੀ ਸ਼ਾਇਦ ਕੱਲ੍ਹ ਕਿ ਜੇਪੀ ਨੱਡਾ ਨੇ ਕਿਹਾ ਕਿ ਕਾਂਗਰਸ ਨੇ ਕਰਵਾਇਆ ਹੈਗਾ ਕਾਂਗਰਸ ਦੇ ਜਿਹੜੇ ਰਾਹੁਲ ਗਾਂਧੀ ਸੋਨੀਆ ਗਾਂਧੀ ਉਹਨਾਂ ਨੂੰ ਖੁਸ਼ ਕਰਨ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਾਰਾ ਕਾਰਨਾਮਾ ਸ਼ਰਮਨਾਕ ਕਾਰਾ ਉਹਨਾਂ ਨੇ ਨਾਮ ਦਿੱਤਾ ਕਿ ਇਹ ਕਰਵਾਇਆ ਕਿ ਦੁਸਹਿਰੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ ਇੱਕ ਲੀਡਰ ਤਰੁਣ ਚੁੱਗ ਹੈਗੇ ਨੇ ਬੀਜੇਪੀ ਦੇ ਉਹਨਾਂ ਨੇ ਤਾਂ ਮਤਲਬ ਕਮਾਲ ਹੀ ਕਰ ਦਿੱਤੀ ਆਪਣੀ ਮੰਗ ਜਿਹੜੀ ਰਾਜਪਾਲ ਤੋਂ ਕੀਤੀ ਹੈ ਚਿੱਠੀ ਲਿਖੀ ਆ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਲੋਕਾਂ ਨੇ ਪੁਤਲੇ ਫੂਕੇ ਨੇ ਉਹਨਾਂ ਸਾਰਿਆਂ ਦੇ ਖਿਲਾਫ FIR ਹੈ ਜਿਹੜੀ ਉਹ ਦਰਜ ਕੀਤੀ ਜਾਵੇ ਸੋ ਬੀਜੇਪੀ ਇਸ ਗੱਲ ਤੋਂ ਪੂਰੀ ਤਰ੍ਹਾਂ ਭੜਕੀ ਹੋਈ ਹੈ ਕਿ ਪ੍ਰਧਾਨ ਮੰਤਰੀ ਜੀ ਦਾ ਜਿਹੜਾ
ਉਹ ਅਪਮਾਨ ਕੀਤਾ ਗਿਆ ਹੈ, ਕਿਉਂਕਿ ਹੋਇਆ ਵੀ ਪਹਿਲੀ ਵਾਰੀ ਹੈ ਕਿ ਕਿਸੇ ਵੀ ਤਿਉਹਾਰ ਜੀ ਵਾਲੇ ਦਿਨ ਪ੍ਰਧਾਨ ਮੰਤਰੀ ਦੇ ਇੰਨੇ ਵੱਡੇ ਪੱਧਰ ਦੇ ਉੱਤੇ ਪੁਤਲੇ ਬਿਲਕੁਲ ਫੂਕੇ ਜਾਣ, ਹਜ਼ਾਰਾਂ ਜੀ ਦੀ ਗਿਣਤੀ ਦੇ ਵਿੱਚ, ਇਹ ਨਹੀਂ ਕਿ ਇੱਕ ਬਿਲਕੁਲ ਦੋ ਥਾਈਂ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੀ, ਯਾਨੀ ਕਿ ਹਰਸ਼ਰਨ ਫਿਰ ਤਾਂ ਪੂਰੇ ਪੰਜਾਬ ਦੇ ਉੱਤੇ ਪਰਚੇ ਦਰਜ ਹੋ ਜਾਣਗੇ, ਕਿਉਂਕਿ ਕਿੱਥੇ ਕਿੱਥੇ ਪੁਤਲੇ ਨਹੀਂ ਬਿਲਕੁਲ ਫੂਕੇ ਗਏ ਤੇ ਚਾਹੇ ਕਿੱਦਾਂ ਚੋਣ ਹੋਵੇਗੀ ਕਿ ਕਿਸ ਨੇ ਫੂਕੇ ਹੈ। ਬਿਲਕੁਲ ਬਿਲਕੁਲ, ਉਹੀ ਤਾਂ ਗੱਲ ਹੈ ਕਿ ਜਿਸ ਤਰੀਕੇ ਦੀ ਉਹਨਾਂ ਦੀ ਡਿਮਾਂਡ ਹੈਗੀ ਹੈ, ਜੇ ਰਾਜਪਾਲ ਮੰਨਦੇ ਨੇ ਤੇ ਰਾਜਪਾਲ ਪੰਜਾਬ ਸਰਕਾਰ ਨੂੰ ਹੁਕਮ ਕਰਦੇ ਨੇ ਤੇ ਪੰਜਾਬ ਪੁਲਿਸ ਜੇ ਅਜਿਹੀ ਕਾਰਵਾਈ ਕਰਦੀ ਹੈ ਤਾਂ ਉਹ ਪੁਤਲੇ ਫੂਕਣ ਦੇ ਵਿੱਚ ਤਾਂ ਕਿਸਾਨ ਬੀਬੀਆਂ, ਬੱਚੇ, ਨੌਜਵਾਨ, ਜੀ ਬਜ਼ੁਰਗ ਬਿਲਕੁਲ, ਸਾਰੇ ਸੀ, ਯਾਨੀ ਕਿ ਬੱਚਿਆਂ ਤੋਂ ਲੈ ਕੇ ਫਿਰ ਵੱਡਿਆਂ ਤੱਕ ਪਰਚੇ ਨੇ ਜਿਹੜੇ ਉਹ ਦਰਜ ਕੀਤੇ ਜਾਣਗੇ, ਕਿਉਂਕਿ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਕਿ ਬੱਚਿਆਂ ਨੇ ਆਪਣੀ ਪਾਕਿਟ ਮਨੀ ਦੇ ਵਿੱਚੋਂ ਪੈਸੇ ਇਕੱਠੇ ਕਰਕੇ, ਸਾਰਿਆਂ ਨੇ ਕਲੈਕਟ ਕਰਕੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਬਣਾਏ, ਫਿਰ ਅਰਥੀ ਫੂਕ ਮੁਜ਼ਾਰੇ ਜਿਹੜੇ ਕੀਤੇ, ਨਾਅਰੇਬਾਜ਼ੀ ਕੀਤੀ। ਸੋ ਕਿਹਦੇ ਕਿਹਦੇ ਖਿਲਾਫ ਉਹ ਪਰਚੇ ਨੇ ਜਿਹੜੇ ਉਹ ਦਰਜ ਹੋਣਗੇ, ਤੇ ਪੰਜਾਬ ਦੇ ਲੋਕ ਤਾਂ ਕਹਿ ਹੀ ਰਹੇ ਨੇ ਕਿ ਕੀ ਕਰਨਗੇ ਜੇਲ੍ਹਾਂ ਥਾਣੇ, ਲੋਕਾਂ ਦੇ ਹੜ ਹੱਲੇ ਨਹੀਂ ਜਾਣੇ, ਯਾਨੀ ਕਿ ਇਹ ਨਾਅਰੇਬਾਜ਼ੀ ਜਿਹੜੀ ਉਹ ਸੁਣ ਰਹੀ ਹੈ, ਤੇ ਪੰਜਾਬ ਦੇ ਕਿਸਾਨਾਂ ਨੇ ਸਿਰ ਤੇ ਖੱਫਣ ਬੰਨ ਲਿਆ ਹੈਗਾ। ਉਹਨਾਂ ਨੂੰ ਪਤਾ ਵੀ ਹਾਂ, ਜੇ ਸਰਕਾਰ ਅੜ ਗਈ, ਅੜੀ ਤਾਂ ਹੋਈ ਹੈ, ਤਾਨਾਸ਼ਾਹੀ ਰਵੱਈਆ ਉਹਨੇ ਅਪਣਾ ਹੀ ਲਿਆ, ਤਾਂ ਸਾਡੇ ਵਿੱਚੋਂ ਕਈਆਂ ਦੀਆਂ ਜਾਨਾਂ ਵੀ ਜਾਣੀਆਂ ਨੇ। ਇਹ ਕਿਸਾਨ ਸੋਚ ਕੇ ਬੈਠੇ ਨੇ ਧਰਨਿਆਂ ਦੇ ਉੱਤੇ, ਤੇ ਹੁਣ ਤੱਕ ਜਦੋਂ ਤੋਂ ਧਰਨੇ ਲੱਗੇ ਨੇ ਸ਼ਹਿਰੀ, ਹੁਣ ਤੱਕ 10 ਕਿਸਾਨਾਂ ਦੀ ਮੌਤ ਹੈ ਜਿਹੜੀ ਉਹ ਹੋ ਵੀ ਚੁੱਕੀ ਹੈ ਵੱਖ ਵੱਖ ਧਰਨਿਆਂ ਦੇ ਵਿੱਚ। ਕਿਸੇ ਦੀ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ, ਤੇ ਇੱਕ ਮਾਨਸਾ ਦੇ ਵਿੱਚ ਬੀਬੀ ਤੇਜ ਕੌਰ ਦੀ ਮੌਤ ਹੋਈ ਹੈ, ਜਿਹੜੀ ਕਈ ਦਿਨ ਹੋ ਗਏ, 10 ਦਿਨ ਤੋਂ ਵੱਧ ਹੋ ਗਏ, ਤੇ ਉੱਥੇ ਕਿਸਾਨਾਂ ਨੇ ਹਾਲੇ ਤੱਕ ਸ਼ਹਿਰੀ ਬੀਬੀ ਤੇਜ ਕੌਰ ਦਾ ਜਿਹੜਾ ਅੰਤਿਮ ਸੰਸਕਾਰ ਨਹੀਂ ਕੀਤਾ, ਕਿਉਂਕਿ ਕਿਸਾਨਾਂ ਦੀ ਮੰਗ ਨਹੀਂ ਪੂਰੀ ਹੋ ਰਹੀ। ਕਿਸਾਨ ਲੀਡਰ ਉੱਥੇ ਕਹਿ ਰਹੇ ਨੇ ਕਿ ਬੀਬੀ ਤੇਜ ਕੌਰ ਦੇ ਪਰਿਵਾਰ ਨੂੰ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਤੇ 5 ਲੱਖ ਰੁਪਈਆ ਜਿਹੜਾ ਮੁਆਵਜ਼ੇ ਵਜੋਂ ਦਿੱਤਾ ਜਾਵੇ। ਉੱਥੋਂ ਦੇ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਵਾਅਦਾ ਤਾਂ ਕੀਤਾ ਕਿ ਅਸੀਂ ਦਵਾਵਾਂਗੇ, ਪਰ ਹਾਲੇ ਦਵਾਇਆ ਨਹੀਂ, ਤੇ ਹਾਲੇ ਤੱਕ ਬੀਬੀ ਤੇਜ ਕੌਰ ਦੀ ਲਾਸ਼ ਹੈ ਜਿਹੜੀ ਉਹ ਰੁਲ ਰਹੀ ਹੈ, ਤੇ ਅੱਜ ਮਾਨਸਾ ਦੇ ਵਿੱਚ ਜਿਹੜਾ ਸੰਘਰਸ਼ ਹੈ ਉਹ ਹੋਰ ਵੀ ਤਿੱਖਾ ਕੀਤਾ ਗਿਆ। ਹਾਂਜੀ ਸ਼ਹਿਰੀ, ਮਾਨਸਾ ਦੇ ਇੱਕ ਪਿੰਡ, ਮੈਨੂੰ ਨਾਮ ਹੁਣ ਇਕਦਮ ਭੁੱਲ ਗਿਆ ਹੈਗਾ, ਉਸ ਪਿੰਡ ਨੇ ਜਿਹੜਾ ਹੈਗਾ ਪੂਰੇ ਅਕਲਿਆ ਕਰਕੇ, ਸ਼ਾਇਦ ਹਰਸ਼ਰਨ ਕੋਈ ਪਿੰਡ ਸੀਗਾ ਜੀ, ਸ਼ਹਿਰੀ ਕਿਹੜਾ ਕਹਿ ਰਹੇ ਹੋ ਤੁਸੀਂ? ਕੁਛ ਅਕਲਿਆ ਕਰਕੇ ਇਸ ਤਰੀਕੇ ਦਾ ਪਿੰਡ, ਤਲਵੰਡੀ ਅਕਲਿਆ, ਹਾਂਜੀ ਹਾਂਜੀ, ਤਲਵੰਡੀ ਅਕਲਿਆ ਪਿੰਡ ਜੀ। ਸੋ ਤਲਵੰਡੀ ਅਕਲਿਆ ਪਿੰਡ ਦੇ ਜਿਹੜੇ ਵਾਸੀ ਨੇ, ਉਹਨਾਂ ਨੇ ਹੁਣ ਨਵਾਂ ਐਲਾਨ ਕਰ ਦਿੱਤਾ ਕਿ ਜਿਹੜਾ ਹੁਣ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ ਜਿਹੜਾ ਇਹ ਐਲਾਨ ਕਰ ਦਿੱਤਾ ਕਿ ਮਾਲ ਗੱਡੀ ਨਹੀਂ ਰੋਕ ਦੋ, ਉਦੋਂ ਤੇ ਉਹ ਪਿੰਡ ਵਾਸੀ ਨੇ ਜਿਹੜੇ ਗੁੱਸੇ ਦੇ ਵਿੱਚ ਆ ਗਏ ਨੇ, ਤੇ ਉਹਨਾਂ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਹਰੇਕ ਪਾਰਟੀ ਦੇ ਲੀਡਰ ਦੀ ਐਂਟਰੀ ਬੰਦ ਹੈ। ਉਹਨਾਂ ਨੇ ਪ੍ਰੋਪਰ ਪੋਸਟਰ ਛਪਵਾਏ ਨੇ, ਜਿਹੜੇ ਜਿਹੜੇ ਪਿੰਡ ਨੂੰ ਐਂਟਰੀ ਗੇਟ ਹੈਗੇ ਨੇ, ਐਂਟਰੀ ਦੇ ਜਿਹੜੇ ਰਾਹ ਹੈਗੇ ਨੇ, ਉਹਨਾਂ ਤੇ ਪੋਸਟਰ ਲਾ ਦਿੱਤੇ ਨੇ, ਉੱਥੇ ਨਾਕੇ ਲਾ ਦਿੱਤੇ ਨੇ ਕਿ ਕੋਈ ਵੀ ਕਾਂਗਰਸ, ਅਕਾਲੀ ਦਲ, ਬੀਜੇਪੀ ਜਾਂ ਆਮ ਆਦਮੀ ਪਾਰਟੀ, ਕੋਈ ਵੀ ਲੀਡਰ, ਇਹਨਾਂ ਦਾ ਵਿਧਾਇਕ ਜਾਂ ਫਿਰ ਸਥਾਨਕ ਲੀਡਰ ਸਾਡੇ ਪਿੰਡ ਵਿੱਚ ਆ ਕੇ ਨਾ ਵੜੇ ਜਦੋਂ ਤੱਕ ਇਹ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ। ਇਹ ਲੋਕਾਂ ਦਾ ਰੋਹ ਹੈ ਸ਼ਹਿਰੀ, ਤੇ ਪੂਰੇ ਪੰਜਾਬ, ਮਾਫ ਕਰਨਾ, ਪੂਰੇ ਪਿੰਡ ਦੇ ਜਿਹੜੇ ਵਾਸੀ ਨੇ ਉਹਨਾਂ ਦੀ ਸਹਿਮਤੀ ਦੇ ਨਾਲ ਇਹ ਹੋਇਆ। ਪਿਛਲੀ ਵਾਰੀ ਵੀ ਜਦੋਂ ਹੋਇਆ ਸੀ ਕਿ ਬੀਜੇਪੀ ਲੀਡਰਾਂ ਦਾ ਬਾਈਕਾਟ ਕੀਤਾ ਸੀ, ਉਦੋਂ ਪੂਰੇ ਪੰਜਾਬ ਦੇ ਪਿੰਡਾਂ ਨੇ ਅਜਿਹੇ ਪੋਸਟਰ ਲਾ ਦਿੱਤੇ ਸੀ, ਤੇ ਹੁਣ ਇਸ ਪਿੰਡ ਨੇ ਪਹਿਲ ਕੀਤੀ ਹੈ। ਹੋ ਸਕਦਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਪਿੰਡ ਨੇ ਜਿਹੜੇ ਉਹ ਹਰ ਪਾਰਟੀ ਦੇ ਲੀਡਰ ਦਾ ਬਾਈਕਾਟ ਕਰ ਦੇਣ, ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਹੁਣ ਕਿ ਸਿਆਸਤ ਕਰਦੇ ਨੇ ਸਾਰੇ, ਠੀਕ ਹੈ, ਵਿੱਚੋਂ ਕਈ ਲੀਡਰ ਹੁੰਦੇ ਨੇ ਜਿਹੜੇ ਕਿਸਾਨ ਹਿਤੈਸ਼ੀ ਹੁੰਦੇ ਨੇ, ਪਰ ਇਹੀ ਲੀਡਰ ਹੁੰਦੇ ਨੇ ਜਿਹੜੇ ਸਦਨਾਂ ਦੇ ਵਿੱਚ ਬਹਿ ਕੇ ਕਾਨੂੰਨ ਬਣਾਉਂਦੇ ਨੇ, ਉਹਨਾਂ ਦੇ ਉੱਤੇ ਦਸਤਖਤ ਕਰਦੇ ਨੇ, ਪਰ ਲੋਕਾਂ ਦੇ ਵਿੱਚ ਬਾਹਰ ਆ ਕੇ ਇਹ ਫਿਰ ਡਰਾਮਾ ਵੀ ਕਰਦੇ ਨੇ ਕਿ ਅਸੀਂ ਲੋਕਾਂ ਦੇ ਨਾਲ ਆ, ਅਸੀਂ ਕਿਸਾਨਾਂ ਦੇ ਨਾਲ ਆ। ਸੋ ਇਹਨਾਂ ਦੇ ਆਪਸ ਦੇ ਵਿੱਚ ਵੀ ਸਿਆਸਤ ਹੈ ਜਿਹੜੀ ਉਹ ਬੜੀ ਵੱਧ ਰਹੀ ਹੈ। ਸੁਖਪਾਲ ਖਹਿਰਾ ਦੀ ਗੱਲ ਕਰ ਲਈਏ ਤਾਂ ਸੁਖਪਾਲ ਖਹਿਰਾ ਨੇ ਆਪਦੇ ਫੇਸਬੁੱਕ ਪੇਜ ਦੇ ਉੱਤੇ ਇੱਕ ਪੋਸਟ ਪਾਈ ਅੱਜ ਕਿ ਜਿਹੜੇ ਲੋਕ ਮੈਨੂੰ ਕਦੇ RSS ਦਾ ਏਜੰਟ ਦੱਸਦੇ ਨੇ, ਕਦੇ ਬੀਜੇਪੀ ਦਾ ਏਜੰਟ ਦੱਸਦੇ ਨੇ, ਕਦੇ ਕਾਂਗਰਸ ਦਾ, ਕਦੇ ਅਕਾਲੀ ਦਲ ਦਾ, ਉਹ ਮੇਰੇ ਸਾਹਮਣੇ ਸਬੂਤ ਲੈ ਕੇ ਆਉਣ, ਨਹੀਂ ਤਾਂ ਉਹ ਆਪਣੀ ਭਕਾਈ ਬੰਦ ਕਰ ਦੇਣ। ਉਹ ਕਹਿੰਦੇ ਨੇ ਕਿ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਸੁਖਪਾਲ ਖਹਿਰਾ ਦੇ ਉੱਤੇ ਸਵਾਲ ਉੱਠ ਰਹੇ ਨੇ ਕਿ ਇਹ ਸਿਆਸੀ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਨੇ ਕਿਸਾਨਾਂ ਦੇ ਮੁੱਦੇ ਦੇ ਵਿੱਚੋਂ। ਸੋ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੈ ਜਿਹੜੀ ਉਹ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ, ਸਿਆਸੀ ਲੀਡਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਤੇ ਇੱਕ ਗੱਲ ਬੜੀ ਅਹਿਮ ਹੈ ਕਿ ਸਿਆਸੀ ਲੀਡਰ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ, ਕਿਸਾਨ ਕਿਸੇ ਨੂੰ ਮੂੰਹ ਨਹੀਂ ਲਾ ਰਹੇ, ਕਿਸਾਨਾਂ ਨੂੰ ਕਿਸੇ ਤੇ ਯਕੀਨ ਨਹੀਂ ਹੋ ਰਿਹਾ, ਚਾਹੇ ਕੈਪਟਨ ਸਾਹਿਬ ਹੋਣ, ਅਕਾਲੀ ਦਲ ਦੇ ਲੀਡਰ ਹੋਣ, ਆਮ ਆਦਮੀ ਪਾਰਟੀ ਦੇ ਹੋਣ, ਜਾਂ ਫਿਰ ਜਿਹੜਾ ਹੈਗਾ ਲੋਕ ਇਨਸਾਫ ਪਾਰਟੀ ਦੇ ਹੋਣ, ਕਿਸੇ ਤੇ ਵੀ ਯਕੀਨ ਕਿਸਾਨਾਂ ਨੂੰ ਨਹੀਂ ਹੈਗਾ। ਇਹ ਸਾਰਾ ਜਿਹੜਾ ਮਾਹੌਲ ਹੈ ਪੰਜਾਬ ਦਾ ਇਸ ਵਕਤ,
ਬਣਿਆ ਹੋਇਆ ਤੇ ਸ਼ਹਿਰੀ ਕੱਲ ਤੋਂ ਜਿਵੇਂ ਹੁਣ ਅੱਜ ਮੀਟਿੰਗ ਹੋਈ ਹੈ ਉਹਨਾਂ ਨੇ ਕਿਹਾ ਕਿਸਾਨਾਂ ਨੇ ਕਿ ਇਸ ਨੂੰ ਦੇਸ਼ ਵਿਆਪੀ ਅੰਦੋਲਨ ਬਣਾਇਆ ਜਾਏਗਾ ਸੋ ਕੱਲ ਤੋਂ ਇਸ ਸੰਘਰਸ਼ ਨੂੰ ਨਵਾਂ ਰੰਗ ਚੜਿਆ ਜਿਹੜਾ ਉਹ ਜ਼ਰੂਰ ਦਿਖ ਸਕਦਾ ਨਵੇਂ ਰੰਗ ਦੇ ਵਿੱਚ ਸੰਘਰਸ਼ ਦਿਖ ਸਕਦਾ ਕਿਉਂਕਿ ਜਿਵੇਂ ਦਿੱਲੀ ਤੋਂ ਕਿਸਾਨਾਂ ਨੇ ਸੁਨੇਹਾ ਦਿੱਤਾ ਹੈ ਆਪਣੇ ਬਿਆਨ ਦਿੱਤੇ ਨੇ ਤੇ ਪਿੰਡ ਪਿੰਡ ਬੈਠੇ ਕਿਸਾਨ ਉਤਸੁਕਤਾ ਦੇ ਨਾਲ ਸੁਣ ਰਹੇ ਹੁੰਦੇ ਨੇ ਸੋ ਉਹਨਾਂ ਨੂੰ ਕੋਈ ਡਾਇਰੈਕਸ਼ਨ ਦੇਣ ਦੀ ਲੋੜ ਨਹੀਂ ਹੁੰਦੀ ਸਿਰਫ ਇਸ਼ਾਰੇ ਦੀ ਲੋੜ ਹੁੰਦੀ ਹੈ ਤੇ ਉਸੇ ਤਰੀਕੇ ਦੇ ਨਾਲ ਉਹ ਆਪਣਾ ਸੰਘਰਸ਼ ਨੂੰ ਉਸੇ ਰੰਗ ਦੇ ਵਿੱਚ ਆਪਣੇ ਆਪ ਰੰਗ ਦਿੰਦੇ ਨੇ ਜੀ ਇਸ ਤੋਂ ਇਲਾਵਾ ਹਰਸ਼ਰਨ ਪੰਜਾਬ ਦਾ ਕੀ ਅਪਡੇਟ ਹੈ ਤੁਸੀਂ 2 ਮਿੰਟ ਦੇ ਵਿੱਚ ਉਹ ਵੀ ਦੱਸ ਦਿਓ ਜੀ ਬਿਲਕੁਲ ਸ਼ਹਿਰੀ ਇੱਕ ਮੈਂ ਦੱਸਣਾ ਚਾਹਾਂਗੀ ਜਿਹੜਾ ਬਲਵੰਤ ਸਿੰਘ ਮੁਲਤਾਨੀ ਕੇਸ ਪੰਜਾਬ ਦਾ ਸਾਬਕਾ ਡੀਜੀਪੀ ਸੁਮੇਧ ਸੈਣੀ ਇਸ ਕੇਸ ਦੇ ਵਿੱਚ ਫਸਿਆ ਹੋਇਆ 29 ਸਾਲ ਪੁਰਾਣਾ ਜਿਹੜਾ ਇਹ ਪੰਜਾਬ ਦਾ ਕੇਸ ਹੈਗਾ ਜਦੋਂ ਇੱਕ ਜੇਈ ਸੀ ਬਲਵੰਤ ਸਿੰਘ ਸੈਣੀ ਜਿਹੜਾ ਜੂਨੀਅਰ ਇੰਜੀਨੀਅਰ ਸੀ ਉਸਨੂੰ ਹਿਰਾਸਤ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰੱਖ ਕੇ ਅਗਵਾ ਕਰਕੇ ਤੇ ਉਹਨੂੰ ਤਸੀਹੇ ਦੇ ਕੇ ਮਾਰਿਆ ਗਿਆ ਸੀ ਉਸ ਮਸਲੇ ਦੇ ਵਿੱਚ ਸੁਮੇਧ ਸੈਣੀ ਦੀ ਪੇਸ਼ੀ ਹੋਈ ਸੀ ਕੱਲ੍ਹ ਤੇ ਅੱਜ ਇਹ ਖਬਰ ਜਿਹੜੀ ਨਿਕਲ ਕੇ ਬਾਹਰ ਆਈ ਹੈ ਕਿ ਪੇਸ਼ੀ ਦੇ ਵਿੱਚ ਹੋਇਆ ਕੀ ਪਹਿਲਾਂ ਤਾਂ ਥੋੜਾ ਜਿਹਾ ਡਰਾਮੈਟਿਕ ਤਰੀਕੇ ਦੇ ਨਾਲ ਸੁਮੇਧ ਸੈਣੀ ਹਾਲਾਂਕਿ ਕਾਫੀ ਸਰੀਰਕ ਪੱਖੋਂ ਬਹੁਤ ਹੀ ਡਾਊਨ ਹੋ ਚੁੱਕਿਆ ਸੁਮੇਧ ਸੈਣੀ ਜਦੋਂ ਉਹ ਥਾਣੇ ਦੇ ਵਿੱਚ ਪਹੁੰਚਿਆ ਹਾਲੇ ਵੀ ਜਿਹੜਾ ਉਹ ਪੁਲਸੀਆ ਰੋਹਬ ਹੈ ਉਹ ਹਾਲੇ ਵੀ ਘਟਦਾ ਨਹੀਂ ਦਿਖਾਈ ਦੇ ਰਿਹਾ ਸੁਮੇਧ ਸੈਣੀ ਜਿਸ ਤਰੀਕੇ ਦੇ ਨਾਲ ਤੁਰ ਕੇ ਜਾ ਰਿਹਾ ਸੀ ਥਾਣੇ ਦੇ ਵਿੱਚ ਔਰ ਪੁਲਿਸ ਵਾਲਿਆਂ ਨੂੰ ਉਂਗਲ ਕਰਕੇ ਰੋਕ ਝਾੜ ਰਿਹਾ ਉਸਨੂੰ ਮੀਡੀਆ ਨੋਟਿਸ ਕੀਤਾ ਤੇ ਅੰਦਰ ਜਦੋਂ ਸੁਮੇਧ ਸੈਣੀ ਦੀ ਪੇਸ਼ੀ ਹੁੰਦੀ ਹੈ ਫਿਰ ਸਿੱਟ ਦੇ ਸਾਹਮਣੇ ਤੇ ਫਿਰ ਸੁਮੇਧ ਸੈਣੀ ਤੋਂ 100 ਤੋਂ 150 ਦੇ ਕਰੀਬ ਜਿਹੜੇ ਸਵਾਲ ਨੇ ਉਹ ਪੁੱਛੇ ਜਾਂਦੇ ਨੇ ਕਿ ਬਲਵੰਤ ਸਿੰਘ ਅਗਵਾ ਕਿਵੇਂ ਕੀਤਾ ਗਿਆ ਪਰ ਕਿਸੇ ਵੀ ਸਵਾਲ ਦਾ ਸੁਮੇਧ ਸੈਣੀ ਨੇ ਜਵਾਬ ਨਹੀਂ ਕਹਿੰਦੇ ਦਿੱਤਾ ਇਹ ਸੂਤਰ ਦੱਸਦੇ ਨੇ ਅੰਦਰ ਦੀਆਂ ਗੱਲਾਂ ਪਰ ਸਿੱਟ ਦੇ ਇੱਕ ਮੈਂਬਰ ਨੇ ਵੀ ਬਾਹਰ ਆ ਕੇ ਮੀਡੀਆ ਨੂੰ ਓਪਨਲੀ ਨਹੀਂ ਦੱਸਿਆ ਪਰ ਮੀਡੀਆ ਦੇ ਇੱਕ ਮੈਂਬਰ ਨੂੰ ਦੱਸਿਆ ਹੈਗਾ ਕਿ ਸੁਮੇਧ ਸੈਣੀ ਟਾਲਾ ਹੀ ਵਰਤਦਾ ਰਿਹਾ ਮਤਲਬ ਵਧੀਆ ਤਰੀਕੇ ਨਾਲ ਉਹਨੇ ਕੋਈ ਜਵਾਬ ਨਹੀਂ ਦਿੱਤਾ ਤੇ ਕੱਲ ਨੂੰ ਸੁਮੇਧ ਸੈਣੀ ਨੇ ਜਿਹੜੀ ਆਪਣੇ ਕੇਸ ਨੂੰ ਰੱਦ ਕਰਨ ਦੀ ਪਟੀਸ਼ਨ ਫੇਰ ਪਾ ਦਿੱਤੀ ਹੈ ਸੁਪਰੀਮ ਕੋਰਟ ਦੇ ਵਿੱਚ ਇਸੇ ਕੇਸ ਦੇ ਵਿੱਚ ਕਿ ਮੇਰੀ ਜਿਹੜੀ ਪਰਚਾ ਹੈਗਾ ਮੇਰੇ ਖਿਲਾਫ਼ ਕੀਤਾ ਹੋਇਆ ਮੋਹਾਲੀ ਦੇ ਮਟੌਰ ਥਾਣੇ ਵਿੱਚ ਉਹਨੂੰ ਰੱਦ ਕੀਤਾ ਜਾਵੇ ਤੇ ਕੱਲ ਨੂੰ ਇਹਦੀ ਸੁਣਵਾਈ ਹੈ ਜਿਹੜੀ ਉਹ ਸੁਪਰੀਮ ਕੋਰਟ ਦੇ ਵਿੱਚ ਹੋਣੀ ਹੈ ਤੇ ਸੁਪਰੀਮ ਕੋਰਟ ਦੇਖਦਿਆਂ ਵੀ ਇਸ ਮੁਲਜ਼ਮ ਨੂੰ ਸੁਮੇਧ ਸੈਣੀ ਜੀ ਨੇ ਪਤਾ ਨਹੀਂ ਕਿੰਨੇ ਹਜ਼ਾਰਾਂ ਘਰ ਸੁੰਨੇ ਕਰ ਦਿੱਤੇ ਸੀ ਜਦੋਂ ਇਹ ਪਾਵਰ ਦੇ ਵਿੱਚ ਸੀ ਪੁਲਿਸ ਮਹਿਕਮੇ ਦੇ ਵਿੱਚ ਸੀ ਸੋ ਇਹਨੂੰ ਸੁਪਰੀਮ ਕੋਰਟ ਰਾਹਤ ਦਿੰਦੀ ਹੈ ਜਾਂ ਫਿਰ ਪੀੜਤਾਂ ਦੇ ਨਾਲ ਖੜਦੀ ਹੈ ਕਿਉਂਕਿ ਇੱਕ ਵਾਰੀ ਪਹਿਲਾਂ ਵੀ ਅਜਿਹਾ ਹੋ ਚੁੱਕਿਆ ਇਸੇ ਕੇਸ ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਨੂੰ ਜਿਹੜਾ ਮਾਰਿਆ ਸੁਮੇਧ ਸੈਣੀ ਨੇ ਇਸੇ ਕੇਸ ਦੇ ਵਿੱਚ ਸੁਪਰੀਮ ਕੋਰਟ ਸਾਰਾ ਜਿਹੜਾ ਕੇਸ ਰਫਾ ਦਫਾ ਕਰਕੇ ਸੁਮੇਧ ਸੈਣੀ ਨੂੰ ਬਰੀ ਕਰ ਚੁੱਕੀ ਹੈ ਕੇਸ ਹੀ ਰੱਦ ਕਰ ਦਿੱਤਾ ਸੀ ਤੇ ਸੁਮੇਧ ਸੈਣੀ ਉਸੇ ਕੋਰਟ ਦੇ ਵਿੱਚ ਹੁਣ ਫੇਰ ਪਹੁੰਚਿਆ ਹੈ ਜੇ ਅਜਿਹਾ ਹੁੰਦਾ ਵੀ ਸੁਮੇਧ ਸੈਣੀ ਦੇ ਖਿਲਾਫ਼ FIR ਰੱਦ ਕਰਨ ਦੇ ਲਈ ਸੁਪਰੀਮ ਕੋਰਟ ਹੁਕਮ ਦੇ ਦਿੰਦੀ ਹੈ ਤਾਂ ਸੱਚਮੁੱਚ ਨਿਆਂ ਪਾਲਿਕਾ ਤੋਂ ਇੱਕ ਵਾਰੀ ਫੇਰ ਲੋਕਾਂ ਦਾ ਭਰੋਸਾ ਜਿਹੜਾ ਉੱਠ ਜਾਊਗਾ ਕਿਉਂਕਿ ਸੁਮੇਧ ਸੈਣੀ ਖਿਲਾਫ਼ ਇੰਨੇ ਕੁ ਸਬੂਤ ਹੈਗੇ ਨੇ ਨਾਲ ਦੇ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨੇ ਖੁਦ ਬਿਆਨ ਦੇ ਦਿੱਤੇ ਨੇ ਕਿ ਉਸ ਵਕਤ ਬਲਵੰਤ ਸਿੰਘ ਮੁਲਤਾਨੀ 28 ਸਾਲ ਦੇ ਸਿੱਖ ਨੌਜਵਾਨ ਨੂੰ ਕਿਵੇਂ ਮਾਰਿਆ ਸੀਗਾ ਫਿਰ ਉਹਦੀ ਲਾਸ਼ ਨੂੰ ਖਪਾ ਕੇ ਕਿਵੇਂ ਉਹਨੂੰ ਥਾਣੇ ਵਿੱਚੋਂ ਭੱਜਿਆ ਹੋਇਆ ਦਿਖਾਤਾ ਸੀ ਉਹ ਉਸ ਦੌਰ ਦੀਆਂ ਗੱਲਾਂ ਨੇ ਸ਼ਹਿਰੀ ਖੜਕੂਵਾਦ ਦਾ ਦੌਰ ਜਿਹਨੂੰ ਕਿਹਾ ਜਾਂਦਾ ਹੈ ਉਦੋਂ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਪੁੱਤ ਨੇ ਜਿਹੜੇ ਇਸੇ ਤਰ੍ਹਾਂ ਖਪਾ ਦਿੱਤੇ ਗਏ ਸੀ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਅਪਡੇਟਸ ਨੇ ਇੱਕ ਹੋਰ ਸ਼ਹਿਰੀ ਜਿਹੜਾ ਅਨਲੌਕ 5 ਇੱਥੇ ਇੰਡੀਆ ਦੇ ਵਿੱਚ ਜਾਂ ਕਹਿ ਲਈਏ ਕਿ ਪੂਰੇ ਦੁਨੀਆ ਦੇ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਨਵੇਂ ਨਿਯਮ ਜਿਹੜੇ ਲਾਗੂ ਕੀਤੇ ਜਾ ਰਹੇ ਨੇ ਅਨਲੌਕ 5 ਹੁਣ ਖਤਮ ਹੋਣ ਵਾਲਾ ਸੀ 30 ਅਕਤੂਬਰ ਨੂੰ ਪਰ ਅੱਜ ਕੇਂਦਰ ਨੇ ਇਹ ਵੀ ਹੁਕਮ ਜਾਰੀ ਕਰ ਦਿੱਤਾ ਕਿ ਅਨਲੌਕ 5 ਹੈ ਜਿਹੜਾ ਉਹੀ ਹੁਣ 30 ਨਵੰਬਰ ਤੱਕ ਜਿਹੜਾ ਐਕਸਟੈਂਡ ਹੋ ਜਾਏਗਾ ਕੋਈ ਨਵੇਂ ਨਿਯਮ ਨੇ ਜਿਹੜੇ ਉਹ ਨਹੀਂ ਹੋਣਗੇ ਸੋ ਇੰਡੀਆ ਦੇ ਵਿੱਚ ਇਹ ਨਿਯਮਾਂ ਤੋਂ ਥੋੜੀ ਰਾਹਤ ਲੋਕਾਂ ਨੂੰ ਜ਼ਰੂਰ ਮਿਲ ਰਹੀ ਹੈਗੀ ਹੈ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਹਰਸ਼ਰਨ ਜਾਣਕਾਰੀ ਸਾਂਝੀ ਕਰਨ ਦੇ ਲਈ ਅਪਡੇਟਸ ਦੇਣ ਦੇ ਲਈ ਕੱਲ੍ਹ ਫਿਰ ਤੁਹਾਡੇ ਨਾਲ ਜੁੜਾਂਗੇ ਗੱਲਬਾਤ ਕਰਾਂਗੇ ਫਿਲਹਾਲ ਦੇ ਲਈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸ਼ੈਰੀ ਤੁਹਾਡੇ ਸਾਰਿਆਂ ਦਾ ਦਿਨ ਸ਼ੁਭ ਰਹੇ ਕੱਲ੍ਹ ਮਿਲਦੇ ਹਾਂ ਥੈਂਕ ਯੂ ਜੀ ਬਿਲਕੁਲ ਓਕੇ ਸੋ ਹਰਸ਼ਰਨ ਕੌਰ ਹਮੇਸ਼ਾ ਸਾਡੇ ਨਾਲ ਜੁੜਦੇ ਨੇ ਪੰਜਾਬ ਦਾ ਪੂਰਾ ਅਪਡੇਟ ਦਿੰਦੇ ਨੇ ਕਿਸਾਨਾਂ ਦੀ ਹਾਲਤ ਇਸ ਵੇਲੇ ਜਿਹੜੀ ਹੈ ਤਰਸਯੋਗ ਬਣੀ ਹੋਈ ਹੈ ਕਿਉਂਕਿ ਕਿਸਾਨ ਤਾਂ ਡਟੇ ਹੋਏ ਨੇ ਕਿਉਂਕਿ ਜੇ ਕੇਂਦਰ ਸਰਕਾਰ ਜ਼ਿੱਦ 'ਤੇ ਬੈਠੀ ਹੈ ਤਾਂ ਕਿਸਾਨ ਤਾਂ ਫਿਰ ਵੀ ਆਪਣੇ ਹੱਕ ਲਈ ਲੜ ਰਹੇ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਅਗਲੀ ਰਣਨੀਤੀ ਉਹ ਤਾਂ ਬਣਾ ਲਈ ਗਈ ਹੈ ਕਿਉਂਕਿ ਦਿੱਲੀ ਵੱਲ ਨੂੰ ਹੁਣ ਕੂਚ ਕਰਨਗੇ ਅਤੇ ਇਸ ਤੋਂ ਇਲਾਵਾ ਕਈ ਪਿੰਡਾਂ ਦੇ ਵਿੱਚ ਤਾਂ ਸਿਆਸਤਦਾਨਾਂ ਦੇ ਲਈ ਨੋ ਐਂਟਰੀ ਦੇ ਜਿਹੜੇ ਬੋਰਡ ਵੀ ਲੱਗ ਚੁੱਕੇ ਨੇ ਸੋ ਦੇਖਦੇ ਹਾਂ ਅੱਗੇ ਇਸ ਸਿਚੁਏਸ਼ਨ ਕਿਵੇਂ ਹੈਂਡਲ ਹੋਏਗੀ ਜਾਂ ਅੱਗੇ ਜਿਹੜਾ ਦਿੱਲੀ ਕੂਚ ਕਰਨ ਦਾ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਣ ਵਾਲਾ ਹੈ ਉਸ ਦੇ ਵਿੱਚ ਕਿ ਕਿਸਾਨਾਂ ਨੂੰ ਫਤਿਹ ਮਿਲੇਗੀ ਔਨ ਮਾਰਨਿੰਗ ਸ਼ੋਅ ਦੇ ਵਿੱਚ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ ਕੱਲ੍ਹ ਫਿਰ ਤੋਂ ਮਿਲਾਂਗੇ ਇਸੇ ਸਮੇਂ ਧੰਨਵਾਦ
ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।